ਦਾਸ ਕਪਤਾਨ ਸਿੰਘ ਇੰਗਲੈਂਡ ਤੋਂ ਸਮੁੱਚੀਆਂ ਹੀ ਪੰਜਾਬ ਦੀਆਂ ਸੰਗਤਾਂ ਨੂੰ ਖਾਸ ਕਰਕੇ ਹਲਕਾ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਆਪ ਜੀਆਂ ਨੂੰ ਪਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਨੇ, ਜਿਨ੍ਹਾਂ ਨੂੰ ਸਾਲ ਤੋਂ ਉੱਪਰ ਸਮਾਂ ਹੋ ਗਿਆ ਡਿਬਰੂਗੜ੍ਹ ਅਸਾਮ ਦੀਆਂ ਜੇਲ੍ਹਾਂ ਦੇ ਵਿੱਚ ਸਿੰਘਾਂ ਸਮੇਤ ਉੱਥੇ ਅੰਦਰ ਉਹ ਕੈਦ ਨੇ, ਔਰ ਇਸ ਵੇਲੇ ਜਿਹੜੀਆਂ ਲੋਕ ਸਭਾ ਚੋਣਾਂ ਆਈਆਂ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਆਜ਼ਾਦ ਚੋਣ ਲੜਨ ਦਾ ਜਿਹੜਾ ਫੈਸਲਾ ਕੀਤਾ, ਪਰਿਵਾਰ ਨੇ ਜਿਹੜਾ ਫੈਸਲਾ ਕੀਤਾ। ਸੋ ਜਿੰਨੀਆਂ ਵੀ ਖਡੂਰ ਸਾਹਿਬ ਹਲਕੇ ਦੀਆਂ ਸੰਗਤਾਂ ਨੇ, 9 ਹਲਕੇ ਉਹਦੇ ਵਿੱਚ ਆਉਂਦੇ ਨੇ, ਬਾਬਾ ਬਕਾਲਾ ਸਾਹਿਬ ਤੋਂ ਲੈ ਕੇ ਪੱਟੀ ਖੇਮਕਰਨ ਹੋ ਗਿਆ, ਜਿੰਨੇ ਵੀ ਇੱਧਰ ਕਪੂਰਥਲੇ ਦੇ ਕੁਛ ਹਲਕੇ ਨੇ, ਜੀਰੇ ਦਾ ਏਰੀਆ ਆਉਂਦਾ, ਅਤੇ ਸਾਰਿਆਂ ਨੂੰ ਬੇਨਤੀ ਆ ਵੀ ਭਾਈ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾ ਕੇ, ਅਤੇ ਇੱਕ ਵਾਰੀ ਉਹਨਾਂ ਨੂੰ ਜੇਲ੍ਹ 'ਚੋਂ ਰਿਹਾਅ ਕੀਤਾ ਜਾਵੇ, ਕਿਉਂਕਿ ਜੇ ਅਸੀਂ ਪੰਜਾਬ 'ਚੋਂ ਨਸ਼ੇ ਖਤਮ ਦੀ ਲਹਿਰ ਜਿਹੜੀ ਪ੍ਰਚੰਡ ਕਰਨੀ ਆ, ਅੰਮ੍ਰਿਤਸਰ 4 ਦੀ ਲਹਿਰ ਚਲਾਉਣੀ ਆ, ਜੇ ਲੋਕਾਂ ਦੀ ਆਵਾਜ਼ ਨੂੰ ਆਪਾਂ ਸੰਸਦ ਤੱਕ ਜੇ ਪਹੁੰਚਾਉਣਾ, ਅਤੇ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਹੜਾ ਵਾ ਉਹ ਜਿਤਾਉਣ, ਉਹਦੇ ਨਾਲ ਨਾਲ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦੇ ਹਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਕਰਦੇ ਹਾਂ, ਅਤੇ ਅਕਾਲੀ ਦਲ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਉਹਨਾਂ ਨੇ ਆਪਣਾ ਕੈਂਡੀਡੇਟ ਐਲਾਨ ਕੀਤਾ ਇਸ ਸੀਟ ਦੇ ਉੱਤੋਂ, ਤੁਸੀਂ ਵੀ ਪੰਥਕ ਮੁੱਦਿਆਂ ਦੇ ਉੱਤੇ ਗੱਲ ਕੀਤੀ, ਕੋਰ ਕਮੇਟੀ 'ਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਆ, ਅਤੇ ਕਿਰਪਾ ਕਰਕੇ ਇਹ ਅਕਾਲੀ ਦਲ ਆਪਣਾ ਕੈਂਡੀਡੇਟ ਜਿਹੜਾ ਉਹ ਵਾਪਸ ਲਵੇ, ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਿਹੜਾ ਉਹ ਲਿਆ ਹੈ। ਨਾਲ ਦੀ ਨਾਲ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਭਾਈ ਜਿਹਦੇ ਵੀ ਕਿਸੇ ਦੇ ਰਿਸ਼ਤੇਦਾਰ ਸੱਜਣ ਮਿੱਤਰ ਉਸ ਹਲਕੇ ਦੇ ਵਿੱਚ ਹੋਣ, ਤਾਂ ਜ਼ਰੂਰ ਉਹਨਾਂ ਨੂੰ ਬੇਨਤੀ ਕਰੋ, ਅਤੇ ਜਿੰਨਾ ਵੀ ਵੱਧ ਤੋਂ ਵੱਧ ਸਾਥ ਦਿੱਤਾ ਜਾਏ ਸਾਥ ਦਈਏ, ਜੇ ਕਿਸੇ ਨੇ ਸਾਥ ਨਹੀਂ ਦੇਣਾ ਤਾਂ ਵਿਰੋਧ ਨਾ ਕਰੀਏ, ਕਿਉਂਕਿ ਆਪਾਂ ਰਲ ਕੇ ਚੱਲਣ ਦਾ ਯਤਨ ਕਰੀਏ। ਕਈ ਵਾਰੀ ਇਹ ਗੱਲ ਸਾਹਮਣੇ ਵੀ ਆਉਂਦੀ ਆ ਵੀ ਉਹਨਾਂ ਨੇ ਲਾਈਨ ਦੂਜੀ ਖਿੱਚੀ ਸੀ, ਇਹ ਹੁਣ ਸੰਵਿਧਾਨ ਦੀ ਸਹੁੰ ਚੁੱਕਣੀ ਪੈਣੀ ਆ ਜਾਂ ਸੰਵਿਧਾਨ ਨੂੰ ਮੰਨਣਾ ਪੈਣਾ। ਹੁਣ ਇਹਨਾਂ ਕੰਟਰੀਆਂ ਦੇ ਵਿੱਚ ਆਣ ਕੇ ਵੀ ਜਦੋਂ ਅਸੀਂ ਨੈਸ਼ਨੈਲਿਟੀਆਂ ਲੈਂਦੇ ਹਾਂ ਜਾਂ ਕਈ ਵਾਰੀ ਕੁਛ ਕਰਦੇ ਹਾਂ, ਅਤੇ ਇੱਥੋਂ ਦੇ ਸੰਵਿਧਾਨ ਦੀ ਜਿਹੜੀ ਸਹੁੰ ਚੁੱਕਣੀ ਪੈਂਦੀ ਆ, ਉਹ ਸੰਵਿਧਾਨ ਇੱਥੋਂ ਦਾ ਜਿਹੜਾ ਉਹ ਸਿੱਖੀ ਦੇ ਅਨੁਕੂਲ ਨਹੀਂ, ਸਾਡੇ ਸਿਧਾਂਤ ਦੇ ਅਨੁਕੂਲ ਨਹੀਂ, ਪਰ ਫਿਰ ਵੀ ਅਸੀਂ ਇਹ ਕਾਰਜ ਕਰਦੇ ਹਾਂ। ਇੱਥੋਂ ਤੱਕ ਆਉਣ ਵਾਸਤੇ ਵੀ ਜਿਹੜਾ ਪਾਸਪੋਰਟ ਲੈ ਕੇ ਆਏ ਉਸੇ ਸੰਵਿਧਾਨ ਦੇ ਵਿੱਚ ਬਣਦਾ, ਹੁਣ ਵੀ ਕਈਆਂ ਕੋਲ ਜਿਹੜੇ ਉਹ ਪਾਸਪੋਰਟ ਜਿਹੜੇ ਉਹ ਹੋਣਗੇ। ਇਸ ਕਰਕੇ ਸਮੇਂ ਵੱਲ ਵੇਖਦਿਆਂ ਇੱਕ ਸੰਘਰਸ਼ ਚੱਲਦਾ, ਇੱਕ ਉਹ ਲੈਣ ਹੁੰਦੀ ਆ, ਇੱਕ ਮਗਰ ਉਹਨੂੰ ਡਿਫੈਂਡ ਕਰਦੀ ਆ। ਕਈ ਚੀਜ਼ਾਂ ਨੇ, ਜੇ ਕੋਈ ਪੰਜਾਬ ਦੇ ਵਿੱਚ ਚੰਗੀ ਪੰਥਕ ਧਿਰ ਰਾਜਨੀਤਿਕ ਹੁੰਦੀ ਅਤੇ ਇਹ ਜਿਹੜੇ ਨੌਜਵਾਨ ਸੀ ਇਹ ਡਿਬਰੂਗੜ੍ਹ ਦੀਆਂ ਜੇਲ੍ਹਾਂ 'ਚ ਨਾ ਜਾਂਦੇ ਅਤੇ ਇੰਨੇ ਲੰਮੇ ਸਮੇਂ ਤੋਂ ਬੰਦੀ ਸਿੰਘ ਜੇਲ੍ਹਾਂ 'ਚ ਨਾ ਰਹਿੰਦੇ। ਇਸ ਕਰਕੇ ਜਿਹੜੀ ਰਾਜਨੀਤਿਕ ਲੈਣ ਆ ਸਾਡੀ, ਸਾਨੂੰ ਮੀਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਜਿਹੜਾ ਸਿਧਾਂਤ ਜਿਹੜਾ ਦਿੱਤਾ, ਸੋ ਰਾਜਨੀਤੀ ਦਾ ਧਰਮ ਦਾ ਦੋਨਾਂ ਚੀਜ਼ਾਂ ਦਾ ਹੀ ਦਿੱਤਾ। ਇਸ ਕਰਕੇ ਆਪਾਂ ਯਤਨ ਕਰੀਏ ਵੀ ਵੱਧ ਤੋਂ ਵੱਧ ਜਿਹੜਾ ਉਹਨਾਂ ਦਾ ਸਾਥ ਪੂਰਾ ਪੰਜਾਬ ਹੀ ਦੇਵੇ, ਜਿਹਦੀਆਂ ਜਿਹਦੀਆਂ ਵੀ ਉੱਥੇ ਰਿਸ਼ਤੇਦਾਰੀਆਂ ਹੈਗੀਆਂ ਉੱਥੇ ਵਿਚਰ ਕੇ ਸੰਗਤਾਂ ਨੂੰ ਕਹਿ ਕੇ ਬੇਨਤੀ ਕਰਕੇ, ਅਤੇ ਜਿਹੜੇ ਪ੍ਰਚਾਰਕ ਜਾਂ ਜਿਹੜੇ ਸੱਜਣ ਆਪਣੇ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਭਾਈ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਆਸ ਕਰਦੇ ਹਾਂ ਸਮੁੱਚੀਆਂ ਹੀ ਸੰਗਤਾਂ ਪੰਥ ਜਿਹੜਾ ਇਸ ਖਡੂਰ ਸਾਹਿਬ ਹਲਕੇ ਦੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇ ਕੇ, ਅਤੇ ਇੱਕ ਵਾਰੀ ਇਤਿਹਾਸ ਨੂੰ ਜਿਹੜਾ ਸਿਰਜੇਗਾ ਆਉਣ ਵਾਲੇ ਸਮੇਂ 'ਚ 2027 ਦੀ ਜਿਹੜੀ ਆ ਉਹ ਰੂਪਰੇਖਾ ਇਸ ਇਲੈਕਸ਼ਨ ਦੇ ਵਿੱਚੋਂ ਨਿਕਲ ਸਕਦੀ ਆ। ਵੱਧ ਤੋਂ ਵੱਧ ਯਤਨ ਕਰੋ, ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਉਹਨਾਂ ਦਾ ਸਾਥ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।